ਕੁਝ ਇਰਾਦੇ ਪੱਕੇ ਸੀ, ਕੁਝ ਖਾਦੇ ਧੱਕੇ ਸੀ, ਮੰਜ਼ਲਾਂ ਨੂੰ ਪਾਉਣ ਦੇ ਜਜ਼ਬੇ ਰੱਖੇ ਸੀ, ਪੀਤੇ ਹੰਝੂ ਗਮਾਂ ਨੂੰ ਖਾ ਗਏ, ਕਰਨੀ ਪਈ ਮਿਹਨਤ, ਐਵੇਂ ਤਾਂ ਨਹੀਂ ਅਸੀਂ ਇੱਥੋਂ ਤੱਕ ਆ ਗਏ। ਬੜੀਆਂ ਖਾਧੀਆਂ ਝਿੜਕਾਂ ਸੀ, ਲੋਕ ਲੈਂਦੇ ਬਿੜਕਾਂ ਸੀ, ਖੁਦ ਨੂੰ ਤਰਾਸ਼ਣ 'ਤੇ ਬੜੀਆਂ ਪਈਆਂ ਤਿੜਕਾਂ ਸੀ, ਕੁਝ ਕਰ ਵਿਖਾਉਣਾ ਆਏ, ਗੱਲ ਦਿਲ 'ਤੇ ਲਾ ਗਏ, ਕਰਨੀ ਪਈ ਮਿਹਨਤ, ਐਵੇਂ ਤਾਂ ਨਹੀਂ ਅਸੀਂ ਇੱਥੇ ਤੱਕ ਆ ਗਏ। ਇਤਿਹਾਸਕਾਰ ਜਦੋਂ ਅਸੀਂ ਸਾਹਿਤ ਦੀ ਇਤਿਹਾਸਕਾਰੀ ਕਰਾਂ ਸਮਝਾਂਗੇ ਤਾਂ ਇਹਦੇ ਵਿੱਚ ਇਤਿਹਾਸਕਾਰੀ ਹੁੰਦੀ ਕੀ ਹੈ, ਇਹਦੇ ਬਾਰੇ ਸਾਨੂੰ ਕਲੀਅਰ ਹੋਣਾ ਚਾਹੀਦਾ। ਮੇਰਾ ਨਾਂ ਕਵਲਜੀਤ ਕੌਰ ਹੈ, ਮੈਂ ਬਟਾਲੇ ਤੋਂ ਆਈ ਹਾਂ, ਲਾਗੇ ਪਿੰਡ ਮਤਲਬ ਖੱਤੀ ਪਿੰਡ ਤੋਂ ਆਈ ਹਾਂ। ਮੈਂ ਇਸ ਟਾਈਮ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਐੱਮ ਫਿਲ ਪੰਜਾਬੀ ਕਰ ਰਹੀ ਹਾਂ। ਮੈਨੂੰ ਮਤਲਬ ਮੰਮੀ ਕਹਿੰਦੇ ਵੀ ਮੈਂ ਤੁਰੀ ਫਿਰਦੀ ਹਾਂ, ਇੱਕ ਦੋ ਸਾਲ ਦੀ ਹਾਂ ਜਦੋਂ ਮੈਨੂੰ ਬੁਖਾਰ ਹੋ ਗਿਆ, ਮਤਲਬ ਉਸ ਤੋਂ ਬਾਅਦ ਇੰਜੈਕਸ਼ਨ ਲਗਾ ਦਿੱਤਾ, ਤੋ ਉੱਥੇ ਸੌਂ ਗਈ ਫਿਰ ਜਦੋਂ ਉੱਠੀ ਉਦੋਂ ਮਤਲਬ ਰਾਤਾਂ ਕੰਮ ਨਹੀਂ ਕੀਤੀਆਂ। ਮਤਲਬ ਜਦੋਂ ਪਹਿਲਾਂ ਮੈਂ ਜਿੱਦਾਂ ਰੇੜਦੇ ਆ ਉੱਦਾਂ ਰੇੜਦੀ, ਬਾਅਦ 'ਚ ਮੇਰੀ ਮੰਮੀ ਕਹਿੰਦੇ ਰਹੇ ਵੀ ਤੂੰ ਉਹ ਥੋੜ੍ਹਾ ਮਤਲਬ ਬੈਠ ਕੇ, ਹੁਣ ਮੈਂ ਬੈਠ ਕੇ ਤੁਰਦੀ ਹਾਂ, ਤੋ ਫਿਰ ਮੈਂ ਬੈਠ ਕੇ ਤੁਰਨ ਲੱਗ ਪਈ, ਫਿਰ ਮੈਨੂੰ ਆਪਣਾ ਕੰਮ ਕਰਨਾ ਥੋੜ੍ਹਾ ਜਿਹਾ ਸੌਖਾ ਹੋ ਗਿਆ। ਤੋ ਫਿਰ ਉਸ ਤੋਂ ਬਾਅਦ ਮੈਂ ਸਕੂਲ ਵਗੈਰਾ 'ਚ ਵੀ ਇੱਦਾਂ ਹੀ ਮਤਲਬ ਪੰਜਵੀਂ ਤੱਕ ਮੈਂ ਪਿੰਡ ਦੇ ਸਰਕਾਰੀ ਸਕੂਲ 'ਚ ਪੜ੍ਹੀ ਹਾਂ, ਉਸ ਤੋਂ ਬਾਅਦ 'ਚ ਥੋੜ੍ਹਾ ਸ਼ਹਿਰ ਹੀ ਲਾਗੇ ਪੈਂਦਾ, ਉੱਥੇ ਮਿਡਲ ਸਕੂਲ ਹਾਈ ਸਕੂਲ 'ਚ ਦਸਵੀਂ ਕੀਤੀ ਹੈ, ਉਸ ਤੋਂ ਬਾਅਦ ਪ੍ਰਾਈਵੇਟ ਸਕੂਲ 'ਚ ਪਲੱਸ ਟੂ ਕੀਤੀ ਆ। ਉਸ ਤੋਂ ਬਾਅਦ 'ਚ ਮੇਰਾ ਥੋੜ੍ਹਾ ਗੈਪ ਹੋ ਗਿਆ 4 ਸਾਲ ਸਟੱਡੀ ਦਾ, ਉਸ ਤੋਂ ਬਾਅਦ 'ਚ ਮੈਂ ਬੀ ਏ 'ਚ ਐਡਮਿਸ਼ਨ ਲਈ, ਬੀ ਏ ਤੋਂ ਬਾਅਦ 'ਚ ਮੈਂ ਬੀ ਐੱਡ ਕੀਤੀ ਆ, ਬੀ ਐੱਡ ਤੋਂ ਬਾਅਦ 'ਚ ਮੈਂ ਪ੍ਰਾਈਵੇਟ ਐੱਮ ਏ ਕੀਤੀ, ਉਸ ਤੋਂ ਬਾਅਦ 'ਚ ਮੈਂ ਹੁਣ ਐੱਮ ਫਿਲ 'ਚ ਇੱਥੇ ਆਈ। ਮਤਲਬ ਪਹਿਲਾਂ ਹੀ ਮੈਨੂੰ ਪੜ੍ਹਨਾ ਠੀਕ ਲੱਗਦਾ ਸੀ, ਬਟ ਬਾਅਦ 'ਚ ਦਸਵੀਂ ਕੀਤੀ, ਬਾਅਦ 'ਚ ਦਸਵੀਂ ਤੋਂ ਬਾਅਦ 'ਚ ਵੀ ਹਟਣ ਨੂੰ ਜੀ ਨਹੀਂ ਕਰਦਾ, ਫਿਰ ਪਲੱਸ ਟੂ ਕੀਤੀ, ਪਲੱਸ ਟੂ ਬਾਅਦ 'ਚ ਮੈਨੂੰ ਛੱਡਣੀ ਪਈ, ਉਦੋਂ ਬਾਅਦ 'ਚ ਹੀ ਮੈਂ ਕਹਿੰਦੀ ਰਹੀ ਵੀ ਮੈਂ ਪੜ੍ਹਨਾ ਹੈ, ਅੱਗੇ ਪੜ੍ਹਨਾ ਹੈ। ਤੋ ਬਾਅਦ 'ਚ ਚਲੋ ਹੋ ਗਿਆ, ਇੱਕ ਵਾਰੀ ਮੇਰੇ ਨਾਲ ਇੰਸੀਡੈਂਟ ਹੋ ਗਿਆ ਵੀ ਮੇਰਾ ਨਾ ਸਰਟੀਫਿਕੇਟ ਕਿਸੇ ਨੇ ਮੰਗ ਲਿਆ ਸੀ, ਵੀ ਇਹਨੇ ਕੀ ਕਰਨਾ ਮੈਨੂੰ ਜੋਬ ਲੀਵ ਦੇ ਦਿਓ, ਮਤਲਬ ਇੱਦਾਂ ਕਿਸੇ ਨੇ ਮੇਰੇ ਕੋਲ ਮੰਗ ਲਿਆ। ਉਸ ਟਾਈਮ ਸਾਨੂੰ ਮਤਲਬ ਬਹੁਤ ਧੱਕਾ ਲੱਗਾ, ਮੰਮੀ ਨੇ ਬਹੁਤ ਟੈਨਸ਼ਨ ਕੀਤੀ, ਫਿਰ ਇੱਕ ਦਿਨ ਮੈਂ ਮੰਮੀ ਆਪਣੇ ਆਪ ਹੀ ਮੇਰੀ ਐਡਮਿਸ਼ਨ ਕਰਾਏ, ਮਤਲਬ ਵੀ ਕਾਲਜ 'ਚ ਚਲ ਗਏ, ਇਹਨਾਂ ਪੁੱਛਣ ਗਏ, ਉਦੋਂ ਹੀ ਐਡਮਿਸ਼ਨ ਵੀ ਕਰਾਏ ਵੀ, ਅਤੇ ਉਸ ਤੋਂ ਬਾਅਦ ਮੇਰੀ ਸਟਾਰਟਿੰਗ ਫਿਰ ਹੋਈ। ਉਸ ਤੋਂ ਬਾਅਦ ਮਤਲਬ ਜਦੋਂ ਪਿੰਡ 'ਚ ਉਦੋਂ ਤਾਂ ਚਲੋ ਆਪਣੇ ਪਿੰਡ ਵਾਲੇ ਹੁੰਦੇ ਸੀ, ਕਈ ਬੱਚੇ ਹੁੰਦੇ ਆ ਜੋ ਸ਼ਰਾਰਤਾਂ ਕਰਦੇ, ਮਤਲਬ ਇੱਦਾਂ ਦੇ ਬੱਚੇ ਨੂੰ ਥੋੜ੍ਹਾ ਟੋਰਚਰ ਵੀ ਕਰਦੇ ਆ, ਪਰ ਕਾਫੀ ਹੱਦ ਤੱਕ ਮੈਨੂੰ ਪੋਜ਼ਿਟਿਵ ਰਿਸਪੋਂਸ ਮਿਲਿਆ, ਮਤਲਬ ਦੋਸਤ ਵੀ ਬਣੇ, ਮਤਲਬ ਠੀਕ ਰਹਿੰਦਾ ਰਿਲੇਸ਼ਨਸ਼ਿਪ, ਚਾਰ ਦਿਨਾਂ ਠੀਕ ਹੈ, ਟੀਚਰ ਵੀ ਠੀਕ ਹੀ ਰਹੇ। ਫਸਟ ਟਾਈਮ ਮੈਂ ਆਈ ਹਾਂ ਹੋਸਟਲ 'ਚ, ਕੰਮ ਕਰਨ ਦੀ ਤਾਂ ਵੈਸੇ ਮੈਨੂੰ ਘਰ ਵੀ ਮਤਲਬ ਆਪਣੇ ਕੰਮ ਆਪ ਹੀ ਕਰਦੀ ਹਾਂ, ਮਤਲਬ ਜੋ ਮੇਰੇ ਕੋਲ ਹੋ ਸਕਦਾ ਉਹ ਮੈਂ ਆਪ ਹੀ ਕਰਦੀ ਹਾਂ। ਇੱਥੇ ਆ ਕੇ ਮੈਨੂੰ ਜ਼ਿਆਦਾ ਨਹੀਂ ਹੈ ਵੈਸੇ ਵੀ, ਮੈਂ ਖਾਣਾ ਵਗੈਰਾ ਵੀ ਹੁਣ ਮੈਨੂੰ ਮੇਰੇ ਫਰੈਂਡਸ ਵਗੈਰਾ ਬਣ ਗਏ, ਉਹ ਲਿਆ ਦਿੰਦੇ ਰੂਮ 'ਚ ਲਿਆ ਦਿੰਦੇ ਆ, ਅਤੇ ਕੋਈ ਜ਼ਿਆਦਾ ਨਹੀਂ ਮੈਨੂੰ ਲੱਗਦਾ ਸੀ ਪਹਿਲਾਂ, ਹੁਣ ਤਾਂ ਵੀ ਮੈਨੂੰ ਕਾਫੀ ਪ੍ਰੋਬਲਮ ਹੋ ਗਈ, ਪਰ ਹੁਣ ਥੋੜ੍ਹਾ ਠੀਕ ਹੋ ਗਿਆ ਹੈਗਾ ਮਾਹੌਲ। ਜੋ ਵੀ ਸਾਨੂੰ ਰੱਬ ਨੇ ਜਿੱਦਾਂ ਦੀ ਸਾਨੂੰ ਜ਼ਿੰਦਗੀ ਦਿੱਤੀ ਉਹਨੂੰ ਐਕਸੈਪਟ ਕਰਨਾ ਚਾਹੀਦਾ, ਕਿਉਂਕਿ ਅਸੀਂ ਹੁਣ ਜਿੱਦਾਂ ਸਾਡੀ ਗਲਤੀ ਨਹੀਂ ਜੇ ਅਸੀਂ ਮਤਲਬ ਹੈਂਡੀਕੈਪ, ਪਰ ਜੋ ਲੋਕ ਕਰਦੇ ਦੂਜੇ ਸਾਨੂੰ ਵੀ ਹੱਕ ਹੈ ਪੂਰਾ ਵੀ ਅਸੀਂ ਵੀ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਏ। ਤੋ ਮੇਰਾ ਤਾਂ ਮੋਟਿਵ ਆ ਵੀ ਮੈਂ ਜੋ ਵੀ ਮਤਲਬ ਇੱਕ ਰਾਈਟਰ ਬਣਨ ਦਾ ਸੁਪਨਾ ਰੱਖਦੀ ਹਾਂ, ਤੋ ਇਸ ਕਰਕੇ ਮੈਂ ਆਪਣੀ ਮਤਲਬ ਲਿਖਤ ਨੂੰ ਸੁਧਾਰਨ ਦੀ ਕਰਕੇ ਵੀ ਇੱਥੇ ਆਈ ਹਾਂ, ਦੂਜਾ ਮੈਨੂੰ JRF ਵੀ ਮਿਲਿਆ ਸੀ ਉਸ ਕਰਕੇ ਵੀ ਮੈਂ ਇੱਥੇ ਆਈ ਹਾਂ।
ਚੇਅਰ ਆਫ ਮੈਮ ਉਦੋਂ ਐਮ ਏ 'ਚ ਹੀ ਮਤਲਬ ਐਮ ਏ ਦੀ ਸਟੱਡੀ ਕਰ ਰਹੀ ਹਾਂ ਅਤੇ ਉਸ ਤੋਂ ਮੈਨੂੰ ਕਿਸੇ ਨੇ ਕਿਹਾ ਵੀ ਚੇਅਰ ਆਫ ਕਲੀਅਰ ਅਤੇ ਮੈਨੂੰ ਲੱਗਦਾ ਸ਼ਾਇਦ ਐਮ ਏ ਕੰਪਲੀਟ ਕਰਨ ਤੋਂ ਬਾਅਦ ਹੋਊਗਾ। ਫਿਰ ਕਿਸੇ ਨੇ ਕਿਹਾ ਵੀ ਤੂੰ ਐਮ ਏ ਦੇ ਨਾਲ ਨਾਲ ਹੀ ਤੂੰ ਭਰ ਦੇ, ਤੈਨੂੰ ਐਕਸਪੀਰੀਅੰਸ ਹੋਊਗਾ। ਫਿਰ ਮੈਂ ਫਸਟ ਟਾਈਮ 'ਤੇ ਦਿੱਤਾ ਸੀ, ਉਦੋਂ ਮੈਂ ਟਰਾਈ ਕਰਨ ਗਈ ਹਾਂ। ਦੂਜੀ ਟਾਈਮ ਮੈਂ ਨੈੱਟ ਕਲੀਅਰ ਹੋ ਗਿਆ ਸੀ ਮੇਰਾ, ਤੋ ਬਸ ਚੇਅਰ ਆਫ ਨਹੀਂ ਮਿਲਿਆ। ਤੀਜੀ ਟਾਈਮ ਫਿਰ ਮੈਂ ਕੀਤਾ, ਫਿਰ ਚੌਥੀ ਟਾਈਮ ਮੈਨੂੰ ਚੇਅਰ ਆਫ ਮਿਲ ਗਿਆ। ਵੈਸੇ ਤਾਂ ਬੁੱਕਸ ਵਗੈਰਾ ਬਹੁਤ ਘੱਟ ਪੜ੍ਹੀਆਂ, ਕਿਉਂਕਿ ਮੈਨੂੰ ਬੁੱਕਸ ਲੈਣ 'ਚ ਪ੍ਰੋਬਲਮ ਹੋ ਜਾਂਦੀ ਸੀ। ਉਸ ਟਾਈਮ 'ਚ ਮੇਰੇ ਕੋਲ ਫੋਨ ਵੀ ਨਹੀਂ ਹੈਗਾ, ਹੁਣ ਮੈਂ ਚੱਲ ਫੋਨ ਤੋਂ ਵੀ ਪੜ੍ਹ ਲਈਦਾ ਜਦੋਂ ਤੱਕ। ਵੈਸੇ ਮੈਂ ਸ਼ਿਵ ਕੁਮਾਰ ਬਟਾਲੀ ਦੀ ਆਲਮੋਸਟ ਸਾਰੀ ਬੁੱਕਸ ਪੜ੍ਹ ਲਈ, ਉਸ ਤੋਂ ਬਾਅਦ ਬਿਨਾਂ ਜੋ ਵੀ ਮਤਲਬ ਮਿਲ ਜਾਵੇ ਉਹ ਪੜ੍ਹ ਲਈਦਾ। ਉਹ ਘਰ ਦੇ ਹਾਲਾਤ ਜਦੋਂ ਮੈਂ ਨਿੱਕੀ ਸੀ ਉਦੋਂ ਮਤਲਬ ਇੰਨੇ ਵਧੀਆ ਨਹੀਂ, ਮਤਲਬ ਰਾਜ ਮਿਸਤਰੀ ਮਿਲ ਜਾ ਰਹੀ, ਤੋ ਉਸ ਟਾਈਮ ਦਿਹਾੜੀ ਵੀ ਥੋੜ੍ਹੀ ਇੱਦਾਂ ਦੀ ਸੀ। ਹੁਣ ਚਲੋ ਠੇਕੇ ਲੈ ਲਏ, ਹੁਣ ਥੋੜ੍ਹੀ ਹਾਲਤ ਠੀਕ ਹੋ ਗਈ ਹੈ। ਕਿਉਂਕਿ ਉਸ ਟਾਈਮ ਮੇਰੇ ਭੈਣ ਭਰਾ ਵੀ, ਤਿੰਨ ਭਰਾ ਆ, ਇੱਕ ਭੈਣ ਹੈ, ਇੱਕ ਮੈਂ, ਪੰਜ ਬੱਚੇ ਸੀ, ਅਤੇ ਫਿਰ ਸਾਰਿਆਂ ਨੂੰ ਸਾਂਭਣਾ ਵੀ ਮੇਰਾ, ਇਲਾਜ ਵੀ ਕਰਦੇ ਸੀ, ਮਤਲਬ ਹਰ ਕੋਸ਼ਿਸ਼ ਉਹਨਾਂ ਨੇ ਕੀਤੀ ਵੀ ਮੈਂ ਠੀਕ ਹੋਵਾਂ, ਪਰ ਰੱਬ ਦੀ ਮਰਜ਼ੀ ਸੀ ਮੈਂ ਨਹੀਂ ਠੀਕ ਹੋਈ। ਪਰ ਉਹਨਾਂ ਨੇ ਆਪਣੇ ਵੱਲੋਂ ਹਰ ਕੋਸ਼ਿਸ਼ ਕੀਤੀ ਆ ਕਿ ਮੈਂ ਇਸੇ ਕਰਕੇ ਇਸ ਯੂਨੀਵਰਸਿਟੀ ਆਈ, ਕਿਉਂਕਿ ਮੈਨੂੰ ਜਦੋਂ ਇੱਥੇ ਆਉਣਾ ਸੀ ਮੈਂ, ਉਸ ਟਾਈਮ ਹੀ ਘਰ ਮੰਮੀ ਬਹੁਤ ਡਰਦੇ ਸੀ, ਮਤਲਬ ਘਰ ਦੇ ਪਤਾ ਟੈਨਸ਼ਨ ਦਿੰਦੀ ਆ ਵੀ ਇੱਦਾਂ ਦੀ ਕੰਡੀਸ਼ਨ 'ਚ ਮਤਲਬ ਐਡੀ ਦੂਰ ਜਾਣਾ ਬਹੁਤ ਮੁਸ਼ਕਿਲ ਕੰਮ ਹੈ ਇੱਥੇ ਰਹਿਣਾ। ਤੋ ਮੈਂ ਕਿਹਾ ਸੀ ਵੀ ਮੈਂ ਇਹ ਕੰਮ ਕਰਨਾ ਹੈ, ਕਿਉਂਕਿ ਮੈਂ ਇੱਕ ਤਾਂ ਮੈਂ ਆਪਣੀ ਲਿਖਤ ਸੁਧਾਰਾਂਗੀ, ਮੈਨੂੰ ਕੁਝ ਸਿੱਖਣ ਦਾ ਮੌਕਾ ਮਿਲੂਗਾ। ਦੂਸਰਾ ਇਹ ਸੀ ਕਿ ਮੈਂ ਇਹ ਸਾਬਿਤ ਕਰਨਾ ਚਾਹੁੰਦੀ ਸੀ ਕਿ ਹੈਂਡੀਕੈਪ ਨਿਕੰਮੇ ਨਹੀਂ ਹੁੰਦੇ, ਮਤਲਬ ਉਹਨਾਂ 'ਚ ਵੀ ਕੋਈ ਗੁਣ ਹੁੰਦਾ ਆ ਅਤੇ ਉਹ ਵੀ ਕੁਝ ਕਰ ਸਕਦੇ ਆ। ਇਹ ਨਹੀਂ ਵੀ ਕੋਈ ਹੈਂਡੀਕੈਪ ਅਤੇ ਉਹਨੂੰ ਇਹ ਕਾਹੇ ਜੋਗਾ ਨਹੀਂ, ਇਹ ਕਾਹੇ ਜੋਗਾ ਨਹੀਂ, ਇੱਦਾਂ ਨਹੀਂ ਫਿਰ ਚੱਲਦਾ। ਇਸ ਕਰਕੇ ਮੇਰਾ ਇਰਾਦਾ ਹੈ ਵੀ ਮੈਂ ਜ਼ਿੰਦਗੀ 'ਚ ਕੁਝ ਕਰਨਾ ਵੀ ਕਿਸੇ ਨੂੰ ਲੱਗੇ ਵੀ ਇਹ ਹੈਂਡੀਕੈਪ ਹੋ ਕੇ ਕਰ ਸਕਦੀ ਅਤੇ ਅਸੀਂ ਵੀ ਕੁਝ ਕਰ ਸਕਦੇ। ਹਰ ਕਿਸੇ ਨੂੰ ਖੁਸ਼ੀ ਤਾਂ ਹੁੰਦੀ ਆ ਆਪਣੀ ਕਮਾਈ ਦੀ ਵੈਸੇ ਹੀ, ਪਰ ਉਸ ਟਾਈਮ ਮੈਨੂੰ ਚਲੋ ਮੈਂ ਮੰਮੀ ਨੂੰ ਦੱਸਿਆ ਮੈਨੂੰ ਪੈਸੇ ਮਿਲ ਗਏ ਆ, ਅਤੇ ਮੰਮੀ ਕਹਿੰਦੇ ਚੱਲ ਠੀਕ ਆ, ਹੁਣ ਹੌਲੀ ਹੌਲੀ ਸ਼ਾਇਦ ਕੰਮ ਠੀਕ ਹੋ ਜਾਵੇ, ਮਤਲਬ ਸ਼ਾਇਦ ਮੈਂ ਆਪਣਾ ਕੋਈ ਬਿਜ਼ਨਸ ਖੋਲ੍ਹਾਂ ਜਿਹਨੇ ਮੇਰੀ ਨਾ ਕੋਈ ਜੋਬ ਨਾ ਮਿਲੀ ਦੇ, ਮਤਲਬ ਹੁਣ ਮੈਂ ਆਪਣਾ ਸਾਰਾ ਖਰਚਾ ਬੁੱਕਸ ਵਗੈਰਾ ਸਭ ਕੁਝ ਲੈਣੀਆਂ ਜੋ ਆਪ ਹੀ ਲੈਣੀਆਂ, ਹੁਣ ਯੂਨੀਵਰਸਿਟੀ ਦੀ ਫੀਸ ਵੀ ਆਪ ਹੀ ਦਿੱਤੀ ਆ, ਹੁਣ ਤਾਂ ਅੱਗੇ ਹੀ ਮੈਂ ਆਪਣਾ ਮਤਲਬ ਸਾਰਾ ਖਰਚਾ ਆਪ ਹੀ ਕਰਾਂਗੀ ਯੂਨੀਵਰਸਿਟੀ ਦਾ ਜੋ ਵੀ ਹੈ। ਐਮ ਫਿਲ ਤੋਂ ਬਾਅਦ ਮੇਰਾ ਇਰਾਦਾ ਪੀ ਜੀ ਐੱਚ ਡੀ ਕਰਨਾ, ਮਤਲਬ ਕਿ ਮੇਰੇ ਨਾਮ ਨਾਲ ਡਾਕਟਰ ਲੱਗੇ, ਮੈਨੂੰ ਡਾਕਟਰ ਪਸੰਦ ਆ, ਇਸ ਕਰਕੇ ਸ਼ਾਇਦ ਪੀ ਐੱਚ ਡੀ 'ਤੇ ਕਰਾਂਗੀ। ਮੈਂ ਵੈਸੇ ਤਾਂ ਹਰ ਚੀਜ਼ ਲਿਖ ਲੈਂਦੀ ਹਾਂ, ਮਤਲਬ ਨੋਰਮਲ ਜੋ ਆ ਜਾਵੇ ਮਤਲਬ ਮਨ 'ਚ ਆ ਜਾਵੇ, ਪਰ ਵੈਸੇ ਮੇਰਾ ਇਰਾਦਾ ਵੀ ਮੈਂ ਉਹ ਲਿਖਾਂ ਜਿਹੜੀ ਜ਼ਿੰਦਗੀ ਨੂੰ ਕੋਈ ਸੇਧ ਦੇਵੇ, ਕੋਈ ਦੁਨੀਆ ਨੂੰ ਮੋਟੀਵੇਟ ਕਰੇ, ਕੋਈ ਚੰਗੀ ਚੀਜ਼ ਹੋਵੇ ਜਿਹੜੀ ਮਤਲਬ ਕੋਈ ਪੜ੍ਹ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੇ। ਮੈਨੂੰ ਲੱਗਦਾ ਆ ਵੀ ਜੋ ਅਸੀਂ ਮਤਲਬ ਕਾਫੀ ਹੱਦ ਤੱਕ ਸਾਨੂੰ ਪੋਜ਼ੀਟਿਵ ਰਹਿਣਾ ਚਾਹੀਦਾ, ਦੂਜਾ ਖੁਸ਼ ਰਹਿਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ। ਗੱਲ 'ਤੇ ਮਤਲਬ ਟੈਨਸ਼ਨ ਕਰਨੀ ਵੀ ਕੋਈ ਨਹੀਂ ਆ, ਅਤੇ ਜ਼ਿੰਦਗੀ ਨੇ ਮੈਨੂੰ ਪਹਿਲਾਂ ਟੈਨਸ਼ਨ ਦਿੱਤੀ, ਹੁਣ ਮੈਂ ਵਾਰ ਵਾਰ ਟੈਨਸ਼ਨਾਂ ਲਈ ਜਾਵਾਂ ਤਾਂ ਕੋਈ ਫਾਇਦਾ ਤਾਂ ਨਹੀਂ, ਨੁਕਸਾਨ ਹੀ ਹੋਣਾ। ਅਤੇ ਆਪਣੇ ਵੱਲੋਂ ਮੇਰੀ ਯਾਰ ਕੋਸ਼ਿਸ਼ ਰਹਿੰਦੀ ਆ ਕਿ ਮੈਂ ਨੋਰਮਲ ਰਹਾਂ, ਮਤਲਬ ਕੋਈ ਟੈਨਸ਼ਨ ਨਾ ਕਰਾਂ। ਆਪਣੀ ਜ਼ਿੰਦਗੀ ਕੁਝ ਖਾਸ ਕਰਕੇ ਦਿਖਾਉਣਾ ਵਾ ਵੀ ਮੇਰੀ ਇੱਕ ਇੱਛਾ ਆ ਵੀ ਮੈਂ ਮਰਨ ਤੋਂ ਬਾਅਦ ਵੀ ਜ਼ਿੰਦਾ ਰਹਾਂ, ਕਿਉਂਕਿ ਇੱਕ ਰਾਈਟਰ ਮਰਨ ਤੋਂ ਬਾਅਦ ਜ਼ਿੰਦਾ ਰਹਿੰਦੇ ਆ, ਇਸ ਕਰਕੇ ਮੇਰੀ ਵੀ ਚਾਹੇ ਤਾਂ ਮੈਂ ਮਰਨ ਤੋਂ ਬਾਅਦ ਵੀ ਜ਼ਿੰਦਾ ਰਹਾਂ, ਕਿਉਂਕਿ ਹੁਣ ਜਿਹੜੀ ਮੇਰੀ ਜ਼ਿੰਦਗੀ ਆ ਉਹ ਹੋਰ ਹਿਸਾਬ ਦੀ ਆ। ਅਤੇ ਆਉਣ ਵਾਲੀ ਕੱਲ੍ਹ 'ਚ ਮੈਨੂੰ ਮੇਰੇ ਮਾਂ ਪਿਓ ਯਾਦ ਕਰਕੇ ਇਹ ਨਾ ਕਹਿਣ ਵੀ ਦੁਖੀ ਨਾ ਹੋਣ, ਉਹਨਾਂ ਨੂੰ ਗਰਵ ਮਹਿਸੂਸ ਹੋਵੇ ਕਿ ਸਾਡੀ ਬੇਟੀ ਨੇ ਕੁਛ ਕੀਤਾ, ਕੁਛ ਖਾਸ ਕਰਕੇ। ਜੋ ਮੇਰੇ ਵਰਗੇ ਬੱਚੇ ਆ ਮੈਂ ਉਹਨਾਂ ਨੂੰ ਇਹ ਬਸ ਕਹਿਣਾ ਚਾਹੂੰਗੀ ਵੀ ਮਤਲਬ ਜ਼ਿੰਦਗੀ ਜਿੱਦਾਂ ਦੀ ਵੀ ਹੈਗੀ ਉਹਨੂੰ ਜੀਣ ਦੀ ਕੋਸ਼ਿਸ਼ ਕਰੋ, ਕਦੀ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਅੱਜ ਕੱਲ੍ਹ ਬਹੁਤ ਵੇਖਿਆ ਵੀ ਆਤਮ ਹੱਤਿਆ ਲੋਕ ਚੰਗੇ ਭਲੇ ਲੋਕ ਕਰੀ ਜਾਂਦੇ, ਪਰ ਇਹ ਤਾਂ ਮਤਲਬ ਸਾਨੂੰ ਜ਼ਿੰਦਗੀ ਇੱਕ ਵਾਰੀ ਮਿਲੀ ਆ, ਇਹਨੂੰ ਜਿਉਣਾ ਚਾਹੀਦਾ, ਮਤਲਬ ਹਰ ਚੀਜ਼ ਹਰ ਪੱਖ ਤੋਂ ਵੇਖਣੀ ਚਾਹੀਦੀ ਆ, ਕਿ ਨਿਰਾਸ਼ਾ ਤਾਂ ਸਭ ਨੂੰ ਮਿਲਦੀ ਆ ਪਰ ਨਿਰਾਸ਼ਾ 'ਚੋਂ ਆਸ਼ਾ ਵੀ ਪੈਦਾ ਹੁੰਦੀ ਆ, ਇਸ ਕਰਕੇ ਸਾਨੂੰ ਅਫਸੋਸ ਕਰਕੇ ਨਹੀਂ ਬੈਠ ਜਾਣਾ ਚਾਹੀਦਾ ਵੀ ਅਸੀਂ ਹੈਂਡੀਕੈਪ ਹੈ ਤਾਂ ਅਸੀਂ ਕੁਛ ਕਰ ਨਹੀਂ ਸਕਦੇ, ਵੀ ਅੱਗੇ ਵਧਾਂਗੇ, ਕੁਝ ਕਰਾਂਗੇ, ਘਰੋਂ ਨਿਕਲਾਂਗੇ ਫਿਰ ਹੀ ਕੁਝ ਕਰ ਸਕਦੇ ਹਾਂ, ਅਸੀਂ ਉੱਦਾਂ ਫਿਰ ਕਰ ਨਹੀਂ ਕੁਛ ਹੋ ਸਕਦਾ, ਇਸ ਕਰਕੇ ਵੀ ਪੋਜ਼ੀਟਿਵ
ਗਮਾਂ ਨੂੰ ਬਣਾ ਕੇ ਹਮ ਸਫ਼ਰ ਗਮਾਂ ਨੂੰ ਬਣਾ ਕੇ ਹਮ ਸਫ਼ਰ ਮੁਸ਼ਕਿਲ ਰਾਹਾਂ 'ਤੇ ਚੱਲਦੇ ਹਾਂ ਨਹੀਂ ਹਾਰਾਂਗੇ ਹੌਂਸਲਾ ਕਦੀ ਨਹੀਂ ਹਾਰਾਂਗੇ ਹੌਂਸਲਾ ਕਦੇ ਭਾਵੇਂ ਸੌ ਸੌ ਦੁੱਖੜੇ ਚੱਲਦੇ ਹਾਂ ਕੀ ਹੋਇਆ ਜੇ ਅੱਜ ਫਿੱਕੀ ਚਮਕ ਸਾਡੀ ਕੀ ਹੋਇਆ ਜੇ ਅੱਜ ਫਿੱਕੀ ਚਮਕ ਸਾਡੀ ਅਸੀਂ ਤਾਂ ਸਟਾਰ ਆਉਣ ਵਾਲੇ ਕੱਲ੍ਹ ਦੇ ਹਾਂ।